ਇਹ ਵਾਲੀ ਸੁਰ ਤੋਂ ਫੀਮੇਲ ਸਕੇਲ ਤੋਂ ਆਪਾਂ ਸ਼ਬਦ ਦੀਆਂ ਸੁਰਾਂ ਦੇਖਾਂਗੇ। ਬੱਚੇ ਵੀ ਇਸੇ ਸੁਰ ਤੋਂ ਗਾ ਸਕਦੇ ਹਨ। ਕੈਰਵ ਤਾਲ ਦੇ ਵਿੱਚ ਸ਼ਬਦ ਦੀ ਰੀਤ ਹੈ। ਇੱਥੇ ਆਪਾਂ ਥੋੜ੍ਹੀ ਜਿਹੀ ਲੈਅ ਘਟਾ ਕੇ ਦੇਖ ਰਹੇ ਹਾਂ, ਬਾਅਦ ਵਿੱਚ ਥੋੜ੍ਹੀ ਜਿਹੀ ਲੈਅ ਨੂੰ ਵਧਾ ਕੇ ਫਿਰ ਸ਼ਬਦ ਨੂੰ ਗਾਉਣਾ। ਹੁਣ ਪਹਿਲਾਂ ਸਥਾਈ ਦੇਖਾਂਗੇ, ਫਿਰ ਅੰਤਰੇ ਦੇਖਾਂਗੇ। ਬੇਨਤੀ ਹੈ ਕਿ ਵੀਡੀਓ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਵਾਪਸੀ ਆਉਂਦੀ ਹੈ। ਪੂਰਨ ਪ੍ਰਭ ਸਵਾਮੀ ਕਰ ਕਿਰਪਾ ਤੇਰੇ ਗੁਣ ਗਾਵਾਂ, ਕਰ ਕਿਰਪਾ ਤੇਰੇ ਗੁਣ ਗਾਵਾਂ। ਇਸ ਤਰ੍ਹਾਂ ਫਿਰ ਆਪਾਂ ਪੂਰੀ ਸਥਾਈ ਗਾਉਣੀ ਹੈ। ਹੁਣ ਅਗਲਾ ਅੰਤਰਾ ਦੇਖਦੇ ਹਾਂ। ਮੇਰੇ ਪ੍ਰਭ ਪ੍ਰੀਤਮ ਨਾਮ ਸੰਤਾਂ ਤੂੰ
चरण कमल इस तरह पूरा शब्द गौड़ा है।